ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਬਹੁਤ ਹੀ ਸਤਿਕਾਰਯੋਗ ਵੱਖੋ ਵੱਖ ਜਥੇਬੰਦੀਆਂ ਤੋਂ ਪੁੱਜੇ ਹੋਏ ਮਹਾਂਪੁਰਖ ਵਿਦਵਾਨ ਸੱਜਣੋ, ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਅੱਜ ਦਮਦਮੀ ਟਕਸਾਲ ਦੇ ਮੁੱਖ ਕੇਂਦਰ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ 50ਵੀਂ ਵਰ੍ਹੇਗੰਢ ਦੀ ਯਾਦ ਦੇ ਵਿੱਚ ਇਕੱਠੇ ਹੋਏ ਹਾਂ। ਮੈਂ ਦੇਖ ਰਿਹਾ ਸੀ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਜਨਮ ਉਹਨਾਂ ਦਾ ਮਾਲਵੇ ਦਾ, ਅਕਾਲ ਚਲਾਣਾ ਉਹ ਕਰਦੇ ਨੇ ਮਾਝੇ ਦੀ ਧਰਤੀ 'ਤੇ, ਅਤੇ ਅੰਤਮ ਸੰਸਕਾਰ ਮਹਾਂਪੁਰਖਾਂ ਹੁੰਦਾ ਦੁਆਬੇ ਦੀ ਧਰਤੀ 'ਤੇ। ਸਮੁੱਚੇ ਵਿਸ਼ਵ ਨੂੰ ਆਪਣੇ ਦਿਲ ਦੇ ਵਿੱਚ ਲੈ ਕੇ ਚੱਲਣ ਵਾਲੀ ਦਮਦਮੀ ਟਕਸਾਲ। ਮੇਰਾ ਵਿਸ਼ਾ ਸਿੱਖ ਅਧਿਆਤਮ ਚਿੰਤਨ ਵਿੱਚ ਦਮਦਮੀ ਟਕਸਾਲ ਦਾ ਯੋਗਦਾਨ। ਕੀਤਾ ਕੀ ਦਮਦਮੀ ਟਕਸਾਲ ਨੇ ਰੂਹਾਨੀਅਤ ਦੇ ਖੇਤਰ ਵਿੱਚ? ਦਮਦਮੀ ਟਕਸਾਲ ਦੇ ਮਹਾਂਪੁਰਖਾਂ ਨੇ, ਵਿਦਿਆਰਥੀਆਂ ਨੇ ਜਾਗ ਲਾਈ। ਕਿਸ ਤਰ੍ਹਾਂ ਦੀ ਜਾਗ ਲਾਈ? ਜਿਸ ਤਰ੍ਹਾਂ ਅਸੀਂ ਇਤਿਹਾਸ 'ਚ ਦੇਖਦੇ ਹਾਂ ਕਿ ਭਾਈ ਜੋਧ ਜੀ ਨੂੰ ਬਾਣੀ ਪੜ੍ਹਦਿਆਂ ਵੇਖ ਬਾਬਾ ਲਹਿਣਾ ਜੀ ਦੇ ਮਨ ਦੇ ਵਿੱਚ ਚਾਅ ਪੈਦਾ ਹੋਇਆ, ਬੀਬੀ ਅਮਰੋ ਜੀ ਨੂੰ ਬਾਣੀ ਪੜ੍ਹਦਿਆਂ ਦੇਖ ਗੁਰੂ ਅਮਰਦਾਸ ਮਹਾਰਾਜ ਦੇ ਮਨ ਦੇ ਵਿੱਚ ਚਾਅ ਪੈਦਾ ਹੋਇਆ, ਭਾਈ ਅਦਲੀ ਜੀ ਨੂੰ ਸਮਾਧੀ ਅਵਸਥਾ 'ਚ ਨਿਤਨੇਮ ਸੰਭਾਲਦਿਆਂ ਵੇਖ ਬਾਬਾ ਬਿਧੀ ਚੰਦ ਜੀ ਦੇ ਮਨ ਦੇ ਵਿੱਚ ਚਾਅ ਪੈਦਾ ਹੋਇਆ। ਦਮਦਮੀ ਟਕਸਾਲ ਦੇ ਮਹਾਂਪੁਰਖਾਂ ਨੇ ਸੰਸਾਰ ਦੇ ਵਿੱਚ ਇੱਕ ਚਾਅ ਪੈਦਾ ਕੀਤਾ, ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਚਾਅ ਪੈਦਾ ਕੀਤਾ ਕਿ ਇਹ ਜੀਵਨ ਕੋਈ ਵਾਧੂ ਦੀ ਘਟਨਾ ਨਹੀਂ ਹੈ, ਇਹਦਾ ਕੋਈ ਮਿਸ਼ਨ ਹੈ, ਇਹਦਾ ਕੋਈ ਮੰਤਵ ਹੈ। 3 ਐਡਿਆਂ ਦੇ ਵਿੱਚ ਮੈਂ ਇਸ ਵਿਸ਼ੇ ਨੂੰ, ਕਿਉਂਕਿ ਵਿਸ਼ਾ ਰੂਹਾਨੀ ਹੈ, ਇਹਦੇ ਬਾਰੇ ਤਾਂ ਕਹਿਣਾ ਅਨੁਭਵ ਦਾ ਵਿਸ਼ਾ ਹੈ, ਪਰੰਤੂ 3 ਐਡਿਆਂ ਦੇ ਵਿੱਚ ਮੈਂ ਇਹਨੂੰ ਪ੍ਰਭਾਸ਼ਿਤ ਕਰਨ ਦਾ ਯਤਨ ਕੀਤਾ ਕਿ ਸਿੱਖ ਅਧਿਆਤਮ ਚਿੰਤਨ ਦੀ ਬੁਨਿਆਦ ਕੀ ਹੈ। ਪਹਿਲਾ ਐਡਾ, ਅੰਮ੍ਰਿਤ ਛਕਣਾ। ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੇ, ਸੋਈ ਸਿੱਖ ਪ੍ਰਧਾਨ। ਮਹਾਂਪੁਰਖਾਂ ਨੇ, ਟਕਸਾਲ ਨੇ ਥਾਂ ਥਾਂ ਜਾ ਕੇ ਦੇਸ਼ ਭ੍ਰਮਣ ਕਰਕੇ ਚੱਕਰਵਰਤੀ ਰੂਪ ਦੇ ਵਿੱਚ ਪ੍ਰਚਾਰ ਕਰ ਕਰਕੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰੂ ਕੇ ਖੰਡੇ ਬਾਟੇ ਦੀ ਪਹੁਲ ਦਿੱਤੀ ਅਤੇ ਗੁਰਸਿੱਖੀ ਜੀਵਨ ਦੇ ਨਾਲ ਜੋੜਿਆ, ਔਰ ਅਜਿਹੇ ਜੀਵਨ ਦੇ ਨਾਲ ਜੋੜ ਦਿੱਤਾ ਕਿ ਉਹ ਦੁਬਾਰਾ 1 ਇੰਚ ਵੀ ਉਸ ਤੋਂ ਟਸ ਤੋਂ ਮਸ ਨਹੀਂ ਹੋਏ। ਸੰਤ ਗਿਆਨੀ ਗੁਰਬਚਨ ਸਿੰਘ ਜੀ ਕਲਕੱਤੇ ਗਏ, ਉੜੀਸਾ ਦੇ ਰਹਿਣ ਵਾਲਾ ਸਿੱਖ ਸੀ, ਪਹਿਲਾ ਨਾਂ ਸੀ ਕਰਮਚੰਦ। ਮਹਾਂਪੁਰਖਾਂ ਦੇ ਦਰਸ਼ਨ ਕੀਤੇ, ਕੁਝ ਸਮਾਂ ਸੰਗਤ ਦੇ ਵਿੱਚ ਰਿਹਾ, ਆ ਕੇ ਬੇਨਤੀ ਕੀਤੀ, ਬਾਬਾ ਜੀ ਮੈਨੂੰ ਆਪਣੇ ਜਥੇ 'ਚ ਸ਼ਾਮਿਲ ਕਰੋ। ਸੰਤਾਂ ਨੇ ਆਖਿਆ, ਭਾਈ ਸ਼ਾਮਿਲ ਕਰ ਲਵਾਂਗੇ, ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਣਾ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਇੰਨਾ ਪ੍ਰਵੀਨ ਹੋਇਆ, ਆਪਣਾ ਤਨ ਮਨ ਧਨ ਸਭ ਕੁਝ ਹੀ ਗੁਰੂ ਨੂੰ ਅਰਪਣ ਕਰ ਦਿੱਤਾ। ਇਹ ਪਿਆਰ ਇੱਥੇ ਤੱਕ ਸੀ ਕਿ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੰਸਾਰ ਤੋਂ ਗਏ ਅਤੇ ਉਹਨਾਂ ਦਾ ਅੰਗੀਠਾ ਤਿਆਰ ਕੀਤਾ ਗਿਆ, ਉਸ ਅੰਗੀਠੇ ਦੇ ਵਿੱਚ ਕਰਮਚੰਦ ਤੋਂ ਗੁਰਮੁਖ ਸਿੰਘ ਬਣੇ ਇਸ ਗੁਰਮੁਖ ਪਿਆਰੇ ਨੇ ਉਸ ਬਲ ਦੀ ਚਿਖਾ ਦੇ ਵਿੱਚ ਛਾਲ ਮਾਰ ਦਿੱਤੀ। ਜਿਸ ਪਿਆਰੇ ਸੁਨੇਹੋ ਤਿਸ ਆਗੇ ਮਰ ਚੱਲੀ ਹੈ, ਧ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਜਿੰਨੇ ਮਹਾਂਪੁਰਖ ਦਮਦਮੀ ਟਕਸਾਲ ਦੇ ਹੋਏ, ਇਸ ਗੱਲ ਦੇ ਉੱਤੇ ਵੱਧ ਤੋਂ ਵੱਧ ਸਟ੍ਰੈਸ ਦਿੱਤਾ ਕਿ ਆਪਾਂ ਗੁਰੂ ਵਾਲੇ ਬਣੀਏ, ਗੁਰੂ ਦੀ ਦਿੱਤੀ ਮਤ ਦੇ ਅਨੁਸਾਰ ਅਸੀਂ ਆਪਣਾ ਜੀਵਨ ਨਿਰਵਾਹ ਕਰੀਏ। ਦੂਜਾ ਐਡਾ, ਅੰਮ੍ਰਿਤ ਵੇਲਾ, ਨਿਤਨੇਮ। ਇਸ ਗੱਲ ਦਾ ਖਾਸ ਤੌਰ 'ਤੇ ਧਿਆਨ ਰੱਖਿਆ ਗਿਆ ਕਿ ਇਹਦੇ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ। ਸਰੀਰ ਠੀਕ ਹੈ ਨਹੀਂ ਠੀਕ, ਮਨ ਕਰਦਾ ਨਹੀਂ ਕਰਦਾ, ਔਖੇ ਹੋ ਕੇ ਸੌਖੇ ਹੋ ਕੇ ਜਿਸ ਨੂੰ ਕਰ ਲਿਆ ਜਾਏ ਉਸਦਾ ਨਾਮ ਨਿਤਨੇਮ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਕਿਹਾ ਕਰਦੇ ਸਨ, ਮਾਇਆ ਗੰਠ ਅਤੇ ਬਾਣੀ ਕੰਠ। ਪੈਸਾ ਉਹ ਹੈ ਜਿਹੜਾ ਜੇਬ 'ਚ ਹੈ, ਅਤੇ ਬਾਣੀ ਉਹ ਹੈ ਜਿਹੜੀ ਸਾਨੂੰ ਯਾਦ ਹੈ, ਜਿਹੜੀ ਸਾਨੂੰ ਕੰਠ ਹੈ, ਕਿਤੇ ਰਾਤ ਬਰਾਤੇ ਕਿਤੇ ਹਨੇਰੇ ਸਵੇਰੇ ਜੇ ਸਾਨੂੰ ਨਿਤਨੇਮ ਕਰਨਾ ਪਏ ਤਾਂ ਅਸੀਂ ਕਰ ਸਕਦੇ ਹਾਂ। ਤੀਜਾ ਐਡਾ ਜੋ ਦਮਦਮੀ ਟਕਸਾਲ ਦਾ ਵੱਡਾ ਯੋਗਦਾਨ, ਅਮਲੀ ਜੀਵਨ। ਕਿ ਸਾਡੇ ਸਾਹਮਣੇ ਮਿਸਾਲਾਂ ਨੇ ਉਹਨਾਂ ਦੀਆਂ ਕਿ ਉਹ ਸੰਗਤ ਦੇ ਵਿੱਚ ਵਿਚਰਦੇ ਨੇ ਤਾਂ ਉਹਨਾਂ ਦਾ ਜੀਵਨ ਦੇਖ ਕੇ ਹੀ ਲੱਖਾਂ ਦੇ ਮਨਾਂ ਦੇ ਵਿੱਚ ਚਾਅ ਪੈਦਾ ਹੋ ਜਾਂਦਾ ਕਿ ਮੈਂ ਵੀ ਇਸ ਰਸਤੇ ਦੇ ਉੱਤੇ ਚੱਲਣਾ। ਸੰਤ ਗਿਆਨੀ ਕਰਤਾਰ ਸਿੰਘ ਜੀ ਬਚਨ ਬਲਾਸ ਕਰ ਰਹੇ ਸਨ, ਕੋਈ
ਸਿੰਘ ਆਇਆ ਤੇ ਆ ਕੇ ਬਾਬਾ ਜੀ ਨੂੰ ਲੱਗਾ ਕਹਿਣ, ਬਾਬਾ ਜੀ ਮੈਨੂੰ ਪਾਠ ਪੂਠ ਕਰਨਾ ਨਹੀਂ ਆਉਂਦਾ। ਸੰਤਾਂ ਨੇ ਕੋਲ ਬਿਠਾਇਆ, ਨੋਟਿਸ ਲਿਆ, ਆਖੇ ਇਹ ਗੱਲ ਤਾਂ ਸਮਝ ਆਈ ਵੀ ਪਾਠ ਕਰਨਾ ਨਹੀਂ ਆਉਂਦਾ, ਪੂਠ ਸ਼ਬਦ ਕੀ ਹੋਇਆ। ਸੋ ਨਿੱਕੇ ਨਿੱਕੇ ਨਿੱਕੀਆਂ ਨਿੱਕੀਆਂ ਉਦਾਹਰਣਾਂ ਦੇ ਨਾਲ, ਨਿੱਕੀਆਂ ਨਿੱਕੀਆਂ ਚੋਭਾਂ ਦੇ ਨਾਲ, ਨਿੱਕੀਆਂ ਨਿੱਕੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਨੇ ਇਸ ਪਾਸੇ ਵੱਲ ਪ੍ਰੇਰਿਆ, ਸਿੱਖੀ ਜੀਵਨ ਦੇ ਵਿੱਚ ਪਰਪੱਕ ਕੀਤਾ ਔਰ ਉਹਨਾਂ ਅਭਿਆਸ ਦੀ ਖੇਤੀ ਸ਼ੁਰੂ ਕੀਤੀ। ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ। ਪੁਰਾਣੇ ਪਿੰਡਾਂ ਦੇ ਵਿੱਚ ਖੂਹ ਹੁੰਦੇ ਸੀ, ਪੌਣੀਆਂ ਹੁੰਦੀਆਂ ਸੀ ਜਿਨ੍ਹਾਂ ਤੋਂ ਲੋਕ ਪਾਣੀ ਭਰਦੇ ਸੀ। ਕਈ ਖੂਹਾਂ ਦੇ ਵਿੱਚ ਪੌਣੀਆਂ ਨਹੀਂ ਸੀ ਹੁੰਦੀਆਂ, ਰੱਸੇ ਨੂੰ ਸਰਕ ਕੇ ਹੀ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ, ਪਰੰਤੂ ਵਾਰ ਵਾਰ ਰੱਸੇ ਦੇ ਆਉਣ ਜਾਣ ਕਰਕੇ ਉਹ ਰੱਸਾ ਕੰਧ ਦੇ ਵਿੱਚ ਟੱਕ ਪਾ ਦਿੰਦਾ ਸੀ। ਇਸ ਤਰ੍ਹਾਂ ਮਹਾਂਪੁਰਖਾਂ ਨੇ ਅਭਿਆਸ ਸ਼ੁਰੂ ਕੀਤਾ ਕਿ ਇਹ ਕਰਨਾ ਹੀ ਕਰਨਾ ਹੈ। ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ, ਰਸਰੀ ਆਵਤ ਜਾਵਤੇ ਸਿਲਪੁਰ ਪਰਤ ਨਿਸ਼ਾਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਧਨਾ ਸ਼ਬਦ ਅਭਿਆਸ ਲਈ ਆਇਆ, ਕੇਵਲ ਇੱਕ ਵਾਰ ਆਇਆ। ਇਸ ਦੇਹੀ ਕੋ ਬਹੁਤ ਸਾਧਨਾ ਕਰੇ, ਸਰੀਰ ਦੇ ਨਾਲ ਤਾਂ ਬਹੁਤ ਸਾਧਨਾ ਕੀਤੀ ਜਾ ਰਹੀ ਹੈ। ਪੁਰਾਤਨ ਸਮੇਂ ਦੇ ਵਿੱਚ ਵੀ ਸਾਨੂੰ ਹਵਾਲੇ ਮਿਲਦੇ ਨੇ ਕਿੱਦਾਂ ਕਿੱਦਾਂ ਦੀਆਂ ਕਠਿਨ ਸਾਧਨਾਵਾਂ ਕੀਤੀਆਂ ਜਾਂਦੀਆਂ ਸਨ, ਪਰੰਤੂ ਉਹਨਾਂ ਸਾਧਨਾਵਾਂ ਦੇ ਵਿੱਚ ਪ੍ਰੇਮ ਨਹੀਂ ਸੀ। ਮਹਾਂਪੁਰਖਾਂ ਨੇ ਜੋ ਜੀਵਨ ਜਾਚ ਦੱਸੀ, ਜੋ ਸਾਡੇ ਸਾਹਮਣੇ ਮਾਡਲ ਪੇਸ਼ ਕੀਤਾ, ਉਹ ਪ੍ਰੇਮ ਦਾ ਸੀ ਕਿ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਜੀਵਨ ਜਾਚ ਦੇ ਨਾਲ ਉਹਨਾਂ ਨੇ ਸਾਡੀ ਰੂਹਾਨੀਅਤ ਦੀ ਤਰੱਕੀ ਕੀਤੀ ਔਰ ਸਾਡੇ ਜੀਵਨ ਦੇ ਵਿੱਚ ਇਹਨਾਂ ਗੁਣਾਂ ਨੂੰ ਸਿੰਜਿਆ ਕਿ ਬਾਣੀ ਛੱਡਣ ਵਾਲੀ ਚੀਜ਼ ਨਹੀਂ ਹੈ, ਬਾਣੀ ਗ੍ਰਹਿਣ ਕਰਨ ਵਾਲੀ ਵਸਤੂ ਹੈ, ਬਾਣੀ ਕੇਵਲ ਕਹਿਣ ਮਾਤਰ ਤੱਕ ਨਹੀਂ ਹੈ, ਬਾਣੀ ਸਾਡੇ ਜੀਵਨ ਦੇ ਨਾਲ ਨਿਭਣ ਵਾਲੀ ਹੈ। ਸਾਡੇ ਉੱਥੋਂ ਪਟਿਆਲੇ ਤੋਂ ਪ੍ਰੋਫੈਸਰ ਪਿਆਰਾ ਸਿੰਘ ਪਦਮ ਹੁੰਦੇ ਸਨ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਜਾ ਕੇ ਅੰਮ੍ਰਿਤਸਰ ਮਿਲੇ, ਪੁੱਛਣਾ ਕੀਤਾ ਇਹ ਟਕਸਾਲ ਦੀ ਪ੍ਰਾਪਤੀ ਹੈ, ਜਿਨ੍ਹਾਂ ਗ੍ਰੰਥਾਂ ਦੇ ਉੱਤੇ ਅੱਜ ਸਾਡੇ ਕਿੰਤੂ ਪਰੰਤੂ ਹੁੰਦੇ ਨੇ, ਇਹ ਚੀਜ਼ ਪੜ੍ਹਨੀ ਹੈ, ਇਹ ਚੀਜ਼ ਨਹੀਂ ਪੜ੍ਹਨੀ ਚਾਹੀਦੀ। ਹੈਰਾਨੀ ਦੀ ਗੱਲ ਹੈ ਕਿ ਦਮਦਮੀ ਟਕਸਾਲ ਦੇ ਵਿੱਚ ਉਹਨਾਂ ਗ੍ਰੰਥਾਂ ਦੀ ਕਥਾ ਹੁੰਦੀ ਰਹੀ ਹੈ, ਉਹਨਾਂ ਗ੍ਰੰਥਾਂ ਨੂੰ ਪੜ੍ਹਾਇਆ ਜਾਂਦਾ ਰਿਹਾ, ਉਹਨਾਂ ਗ੍ਰੰਥਾਂ ਦੇ ਅਰਥ ਸਮਝਾਏ ਜਾਂਦੇ ਰਹੇ ਨੇ। ਪਿਆਰਾ ਸਿੰਘ ਪਦਮ ਨੇ ਆਖਿਆ, ਬਾਬਾ ਜੀ ਦਸਮ ਗ੍ਰੰਥ ਬਾਰੇ ਬੜਾ ਕੁਝ ਸੁਣਨ ਨੂੰ ਮਿਲਦਾ। ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੇ ਆਖਿਆ, ਪਿਆਰਾ ਸਿੰਘ ਪਦਮ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਕਰਦਿਆਂ ਤੁਹਾਨੂੰ ਤਲਵਾਰਾਂ ਦੀਆਂ ਟੁੰਕਾਰਾਂ ਸੁਣਨਗੀਆਂ, ਹਾਥੀਆਂ ਦੀਆਂ ਚਿੰਗਾਰਾਂ ਸੁਣਨਗੀਆਂ, ਘੋੜਿਆਂ ਦੀਆਂ ਪੌੜਾਂ ਦੀਆਂ ਆਵਾਜ਼ਾਂ ਸੁਣਨਗੀਆਂ। ਪਿਆਰਾ ਸਿੰਘ ਪਦਮ ਇਹ ਬਹਾਦਰਾਂ ਦਾ ਗ੍ਰੰਥ ਹੈ, ਬੁਜ਼ਲੇ ਦਾ ਗ੍ਰੰਥ ਨਹੀਂ। ਅਜਿਹੇ ਅਰਥ, ਅਜਿਹੀ ਸਪਿਰਿਟ, ਅਜਿਹੀ ਭਾਵਨਾ ਇਹ ਕੇਵਲ ਉਹਨਾਂ ਵਿੱਚ ਹੋ ਸਕਦੀ ਹੈ ਜਿਨ੍ਹਾਂ ਨੇ ਬਾਣੀ ਨੂੰ ਕੇਵਲ ਪੜ੍ਹਨ ਤੱਕ ਨਹੀਂ ਰੱਖਿਆ, ਉਸ ਨੂੰ ਆਪਣੇ ਹਿਰਦੇ ਤੱਕ ਲੈ ਗਏ। ਸੋ ਦਮਦਮੀ ਟਕਸਾਲ ਅੱਜ ਵੀ ਕਿਸੇ ਨੇ ਅੰਮ੍ਰਿਤ ਛਕਣਾ ਆ ਤਾਂ ਉਹਦੀ ਪਹਿਲੀ ਮੰਗ ਹੁੰਦੀ ਜੀ ਮੈਂ ਦਮਦਮੀ ਟਕਸਾਲ ਦੇ ਜਥੇ ਤੋਂ ਅੰਮ੍ਰਿਤ ਛਕਣਾ, ਕਿਤੇ ਪਾਠ ਕਰਨਾ ਹੈ ਤੇ ਮੈਂ ਦਮਦਮੀ ਟਕਸਾਲ ਵੱਲੋਂ ਪ੍ਰਕਾਸ਼ਿਤ ਗੁਟਕਾ ਸਾਹਿਬ ਤੋਂ ਪਾਠ ਕਰਨਾ ਹੈ। ਸੋ ਮੈਂ ਸਮਝਦਾ ਹਾਂ ਕਿ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਨੇ, ਵਿਦਿਆਰਥੀਆਂ ਨੇ ਕੇਵਲ ਕਹਿਣੀ ਤੱਕ ਅਧਿਆਤਮ ਜੀਵਨ ਨਹੀਂ ਰੱਖਿਆ, ਉਸ ਨੂੰ ਜੀਵਨ ਦੇ ਵਿੱਚ ਢਾਲਿਆ, ਉਸ ਨੂੰ ਕਮਾ ਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ, ਸਾਡੇ ਕੋਲ ਕਿੱਡੇ ਕਿੱਡੇ ਵੱਡੇ ਪ੍ਰਮਾਣ ਨੇ, ਸਾਡੇ ਕੋਲ ਕਿੱਡੀਆਂ ਕਿੱਡੀਆਂ ਵੱਡੀਆਂ ਉਦਾਹਰਣਾਂ ਨੇ ਕਿ ਜੇ ਕੇਵਲ ਉਹਨਾਂ ਨੇ ਜੀਵਨ ਕਹਿਣ ਮਾਤਰ ਤੱਕ ਨਹੀਂ ਰੱਖਿਆ, ਉਹਨਾਂ ਨੇ ਨਿਤਨੇਮ ਦਾ ਦੇਖੋ, ਦਮਦਮੀ ਟਕਸਾਲ ਦੇ ਜਿੱਥੇ ਟਕਸਾਲੀ ਵਿਦਿਆਰਥੀਆਂ ਦੀ ਪੜ੍ਹਾਈ ਕੀਤੀ ਜਾਂਦੀ ਹੈ ਡੇਲੀ ਦਾ, ਅੰਮ੍ਰਿਤ ਵੇਲੇ ਦਾ, ਫਿਰ ਸਾਰਾ ਦਿਨ ਉਹਨਾਂ ਨੇ ਬਾਣੀ ਪੜ੍ਹਨੀ ਹੈ, ਬਾਣੀ ਯਾਦ ਕਰਨੀ ਹੈ, ਜਿਹੜੀ ਸੰਥਿਆ ਕੀਤੀ ਜਾਂਦੀ ਉਹ 20-25 ਵਾਰ ਉਹਨਾਂ ਦਾ ਪਾਠ ਕਰਨਾ, ਤਾਂ ਕਿ ਸਾਡੀ ਪਰਪੱਕਤਾ ਇਸ ਜੀਵਨ ਦੇ ਵਿੱਚ ਹੋਏ ਅਤੇ ਦੁਨੀਆਦਾਰੀ ਦਜੈਲਤਾ ਦੀ ਮੈਲ ਸਾਡੇ ਜੀਵਨ ਵਿੱਚੋਂ ਉਤਰੇ। ਸੋ ਇੰਨੇ ਕੁ ਸ਼ਬਦ ਕਹਿੰਦਾ ਮੈਂ ਖਿਮਾ ਦਾ ਜਾਚਕਾਂ, ਫਤਿਹ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।